बीते दिन आबू धाबी विच होए आतंकवादी हमले विच पंजाब दे दो नौजवानों की मौत हो गई, जिन्हां विचों की एक अमृतसर दा ते दूजा मोके दा रहने वाला है। दोनों दे पार्थिव शरीर अज अमृतसर एयरपोर्ट ते लियांदे गए। इस मौके मृतक दे परिवारक मैंबरां दस्सिया कि हरदीप सिंह अप्रैल महीने विच विआह करवा के आबू धाबी पैसे कमाउण दे लई गया सी, जिथे कि ड्राइवर दा काम करदा सी। 17 तरीक नूं उत्थे एह टैररिस्ट हमला होया, जिस विच उन्हां दे भरा दी मौत हो गई। उन्होंने दस्सिया कि वह आखिरी बार लोहड़ी के त्यौहार से भी नहीं आया, जबकि विआह तो बाद यह उसकी पहली लोहड़ी सी, जिसका कि जश्न पंजाब विच जम के मनाया जा रहा सी, लेकिन उसको नहीं पता सी कि यह उसकी आखिरी लोहड़ी होगी। वीर सिंह छोटा भरा की नाम सिंह हरदीप सिंह सर मैरिड सी कि अनमैरिड सी व्याह सर लास्ट बार कदों गल हुई सी एक दिन पहला उदे इदा होण तो सर किवें दा सी उहदा सारे सी किस नाल पता लगा तुहानू सर ਸਾਡੇ ਕਜ਼ਨ ਉੱਥੇ ਹੈਗੇ ਉਹਨਾਂ ਨੇ ਫੋਨ ਕੀਤਾ ਓਫੀਸ਼ੀਅਲ ਵੱਲੋਂ ਸਾਨੂੰ ਕੁਛ ਨਹੀਂ ਦੱਸਿਆ ਗਿਆ ਕਿ ਕੀ ਹੋਇਆ ਕਿੱਦਾਂ ਹੋਇਆ ਫਿਰ ਅਸੀਂ ਨਿਊਜ਼ ਵੇਖੀ ਉਹਨਾਂ ਦੀ ਨਾਲ ਹੀ ਸਾਡੇ ਕਜ਼ਨ ਨੇ ਕਨਫਰਮ ਕੀਤਾ ਵੀ ਸਾਡਾ ਵੀਰ ਸਾਨੂੰ ਛੱਡ ਗਿਆ ਵਾ ਆਬੂ ਧਾਬੀ ਉਹਨਾਂ ਦੀ ਸਪੋਰਟ ਨਾਲ ਹੀ ਸਾਨੂੰ ਬੋਡੀ ਮਿਲੀ ਮੈਂ ਸਰ ਮੈਂ ਤਾਂ ਚਚੇਰਾ ਭਰਾ ਜੀ ਹਰਦੀਪ ਸਿੰਘ ਦਾ ਜਿਹਨਾਂ ਦੀ ਸਰ ਡੈਥ ਹੋ ਗਈ ਸੀ ਪਿਛਲੇ ਆ ਮੰਡੇ ਸਰ ਮੇਰਾ ਪਿੰਡ ਮੈਸਮਪੁਰ ਹੈ ਜੀ ਤਹਿਸੀਲ ਬਾਬਾ ਬਕਾਲਾ ਪੈਂਦੀ ਹੈ ਉਹ ਮੇਰੇ ਬ੍ਰਦਰ ਸੀ ਉਹ ਜੀ ਕਜ਼ਨ ਬ੍ਰਦਰ ਸੀ ਸਰ ਯੂ ਏ ਸੀ ਉਹ ਆਬੂ ਧਾਬੀ ਜੋਬ ਕਰਦਾ ਸੀ ਉਹ ਤੇਲ ਦਾ ਆਇਲ ਟੈਂਕਰ ਚਲਵਾਉਂਦਾ ਸੀ ਉਹ ਅਤੇ ਆ ਜਿਹੜਾ ਮੰਡੇ ਨੂੰ ਸਰ ਅਟੈਕ ਹੋਇਆ ਯੂ ਏ ਦੇ ਵਿੱਚ ਜਿਹਦੇ ਵਿੱਚ ਦੋ ਇੰਡੀਅਨ ਇੱਕ ਪਾਕਿਸਤਾਨੀ ਸਰ ਡੈਥ ਹੋਈ ਉਹਨਾਂ 'ਚੋਂ ਇੱਕ ਭਰਾ ਮੇਰਾ ਸੀ ਹਾਂਜੀ ਸਰ ਨਿਊਲੀ ਮੈਰਿਡ ਸੀ ਉਹ ਕਿੰਨੇ ਬੱਚੇ ਸਰ ਕੋਈ ਉਹਦਾ ਬੱਚਾ ਨਹੀਂ ਸੀ ਕੋਈ ਵੀ ਉਹਦੀ ਅਪ੍ਰੈਲ 'ਚ ਸਰ ਉਹਦੀ ਉਹਦਾ ਮੈਰਿਜ ਹੋਈ ਸੀ ਉਸ ਤੋਂ ਬਾਅਦ ਸਰ ਇਨਫੋਰਮੇਸ਼ਨ ਆਈ ਸਰ ਉੱਥੇ ਸਾਡੇ ਕਾਫੀ ਰਿਲੇਟਿਵਸ ਨੇ ਮੇਰੇ ਬ੍ਰਦਰ ਉੱਥੇ ਨੇ ਉਹਨਾਂ ਨੂੰ ਇਨਫੋਰਮੇਸ਼ਨ ਗਈ ਫਿਰ ਸਾਨੂੰ ਸਰ ਅੰਬੈਸੀ ਤੋਂ ਵੀ ਫੋਨ ਆ ਗਿਆ ਸੀ ਮੰਡੇ ਸ਼ਾਮ ਨੂੰ ਸਰ ਕੁਛ ਨਹੀਂ ਬਸ ਨਥਿੰਗ ਸਰ ਕੁਛ ਨਹੀਂ ਕਹਿਣਾ ਸਰ ਕੀ ਸਰ ਉਹਦੀ ਲੋਹੜੀ ਮਨਾਈ ਸੀ ਅਸੀਂ ਉਹ ਸਰ ਉਸ ਦਿਨ ਉਹ ਲਾਈਵ ਉਹਨੇ ਸਾਰਾ ਪ੍ਰੋਗਰਾਮ ਦੇਖਿਆ ਸਰ ਹਾਂ ਸਰ ਬਿਲਕੁਲ ਹੈਲਪ ਮਿਲੀ ਉਹਨਾਂ ਕੋਲ ਉਹਨਾਂ ਨੇ ਸਾਨੂੰ ਫੁੱਲ ਕੋਆਪਰੇਟ ਕੀਤਾ ਜੀ ਕੁਛ ਨਹੀਂ ਸਰ ਸਰਕਾਰਾਂ ਨੂੰ ਅਸੀਂ ਕੀ ਮੈਸੇਜ ਦੇਣਾ ਸਰ ਸਾਡਾ ਤਾਂ ਉਹਨਾਂ ਦੀ ਲੜਾਈ ਦੇ ਵਿੱਚ ਸਰ ਸਾਡਾ ਭਰਾ ਤਾਂ ਪੀਸਿਆ ਗਿਆ ਇਕੱਲਾ ਇਕੱਲਾ ਸਰ ਸਾਡਾ ਪਿੰਡ ਮੱਥੋਕਤ ਰਹਿਣ ਵਾਲੇ ਬਗਤ ਪਿੰਡ ਕੋਲੇ ਕੀ ਗੱਲ ਹੋਈ ਉੱਧਰ ਗੱਲ ਕਾ ਕੋਈ ਨਹੀਂ ਪਤਾ ਲੱਗਿਆ ਸਾਨੂੰ ਤਾਂ ਅਸੀਂ ਨੌ ਵਜੇ ਦੀ ਇਹ ਗੱਲ ਹੋਈ ਆ ਸਾਨੂੰ 4 ਵਜੇ ਫੋਨ ਆਇਆ ਉਸ ਤੋਂ ਬਾਅਦ ਸਾਨੂੰ ਤਾਂ ਬਸ ਹਵਾ ਦਾ ਬੜੀ ਹੋਈ ਆ ਨਹੀਂ ਗੱਲ ਕੀ ਪਤਾ ਲੱਗਿਆ ਕਿ ਕੀ ਕੋਈ ਹਾਲੇ ਕੋਈ ਕੰਪਨੀ ਨੇ ਵੀ ਨਹੀਂ ਸਟੇਟ ਦੀ ਆ ਕੀ ਗੱਲ ਆ ਕੀ ਨਹੀਂ ਕਿਹੜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਉਹ ਐਡਨੋਵਿਚ ਅੱਛਾ ਤੇ ਮਨੀ ਸੀ ਸਰਕਾਰੀ ਕੰਪਨੀ ਕੀ ਨਾਮ ਹੀ ਜਿਹਦੀ ਡੈਥ ਹੋਈ ਹੈ ਇਹ ਹਰਦੇਵ ਸਿੰਘ ਕਿੰਨੇ ਸਾਲ ਹੋ ਗਿਆ ਜੀ ਉਹਨੂੰ ਗਿਆ ਨੂੰ ਉਧਰ 18 ਦਾ ਗਿਆ ਉਹਨੂੰ 15 16 ਸਾਲ ਹੋ ਗਏ ਤੇ ਵਿਆਹ ਹੀ ਹਾਂਜੀ ਕਿੰਨੀ ਉਮਰ ਸੀ ਉਮਰ ਹੋ ਗਈ ਉਹਦੀ 35 ਸਾਲ ਦੀ ਤੇ ਕੀ ਡਿਮਾਂਡ ਕਰਦੇ ਪੰਜਾਬ ਸਰਕਾਰ ਤੋਂ ਸਰਕਾਰ ਤੋਂ ਇਹ ਮੰਨਦੇ ਵੀ ਸਾਡੀ ਮਦਦ ਕਰੇ ਘਰੇ ਬਜ਼ੁਰਗ ਬੰਦੇ ਆ ਮਾਂ ਪਿਓ ਬਜ਼ੁਰਗ ਆ ਸਿਰ ਤੇ ਕੋਈ ਨਹੀਂ ਆ ਤੇ ਨਿੱਕੇ ਨਿੱਕੇ ਬੱਚੇ ਹੋਰ ਕੁਛ ਸਰਕਾਰ ਦੇ ਵੱਲੋਂ ਸਪਸ਼ਟੀਕਰਨ ਨਹੀਂ ਦਿੱਤਾ ਕਿ ਹੋਇਆ ਕੀ ਸੀ ਉੱਥੇ ਇਹ ਨਹੀਂ ਹਾਲੇ ਦੱਸਿਆ ਇਹਦਾ ਕੰਫਰਮ ਹੀ ਨਹੀਂ ਹੋਇਆ ਕੋਈ ਵੀ ਹਾਲੇ ਤਾਂ ਤੁਹਾਡੀ ਕੀ ਮੰਗ ਆ ਸਾਡੇ ਮੰਗ ਇਹ ਹੈ ਵੀ ਸਾਨੂੰ ਕੋਈ ਕੰਮ ਦੇਣ ਵੀ ਉਹ ਜੇ ਨੌਕਰੀ ਦੇ ਦੇਣ ਬੱਚਿਆਂ ਨੂੰ ਇਹ ਹੀ ਆ ਆਬੂ ਧਾਬੀ ਦੀ ਸਰਕਾਰ ਨੇ ਕਿਹਦਾ ਕਰ ਦਿੱਤਾ ਸਰਕਾਰ ਉਹਨਾਂ ਦੀ ਪੂਰੀ ਮਦਦ ਕਰਾਂਗੇ ਜੋ ਕੁਛ ਹੋਇਆ ਸਾਰਾ ਕੁਛ ਕਰਾਂ ਪੂਰੀ ਸਪੋਰਟ ਕੀਤੀ ਪੂਰੀ ਸਪੋਰਟ ਕੀਤੀ ਇੱਥੋਂ ਤੱਕ ਪੂਰੀ ਸਪੋਰਟ ਕੀਤੀ ਉਹਨਾਂ ਨੇ ਤੇ ਹੁਣ ਕਿੰਨੇ ਚਿਰ ਡੈੱਡ ਬੋਡੀਆਂ ਹੋਣਗੀਆਂ ਡੈੱਡ ਬੋਡੀ ਵੀ ਲਗੇਜ ਤਾਂ ਆ ਗਈ ਹੈ ਡੈੱਡ ਬੋਡੀ ਵੇਖੋ ਹੁਣ ਕਦੋਂ ਸਮਾਨ ਵਗੈਰਾ ਆ ਗਿਆ ਸਮਾਨ ਆ ਗਿਆ ਸਮਾਨ ਇਹ ਆ ਗਿਆ
ਇਹ ਬਾਡੀਜ਼ ਅਬੂ ਧਾਬੀ ਤੋਂ ਆ ਰਹੀਆਂ। ਇਹ 'ਚ ਸਰਦਾਰ ਹਰਦੀਪ ਸਿੰਘ ਹੁਣ ਦੀ ਬਾਡੀ ਹੈ ਇੱਕ, ਔਰ ਇੱਕ ਸਰਦਾਰ ਹਰਦੀਪ ਸਿੰਘ ਹੁਣਾਂ ਦੀ ਬਾਡੀ ਹੈ। ਸਰਦਾਰ ਹਰਦੀਪ ਸਿੰਘ ਜਿਹੜੇ ਨੇ ਇੱਥੇ ਮੈਸਮਪੁਰੇ ਪਿੰਡ ਦੇ ਥਾਣਾ ਮਹਿਤੇ ਦੇ ਅੰਦਰ ਰਹਿਣ ਵਾਲੇ ਸੀਗੇ। ਸਰਦਾਰ ਹਰਦੀਪ ਸਿੰਘ ਜਿਹੜੇ ਨੇ ਮੋਗੇ ਦੇ ਰਹਿਣ ਵਾਲੇ ਨੇ। ਇਹਨਾਂ ਦੀ ਕੁਛ ਦਿਨ ਪਹਿਲਾਂ 17 ਤਰੀਕ ਨੂੰ ਅਬੂ ਧਾਬੀ ਵਿਖੇ ਡਰੋਨ ਅਟੈਕ ਦੇ ਵਿੱਚ ਟੈਰਿਸਟ ਵੱਲੋਂ ਇਹਦੀ ਡੈਥ ਹੋ ਗਈ ਸੀਗੀ, ਔਰ ਇਹਨਾਂ ਦੇ ਪਾਰਥਿਵ ਸਰੀਰ ਅੱਜ ਜਿਹੜੇ ਇੰਡੀਆ ਦੇ ਵਿੱਚ ਅੰਮ੍ਰਿਤਸਰ ਵਿਖੇ ਲੈਂਡ ਕਰ ਰਹੇ। ਅਤੇ ਸਰ ਉਹ ਇਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਇਹਨਾਂ ਦੇ, ਹਾਂਜੀ ਕੁਛ ਪਰਿਵਾਰਕ ਮੈਂਬਰ ਆਏ ਹਨ, ਕੁਛ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਇਹਨਾਂ ਦੇ ਜਿਹੜੇ ਸਕੇ ਸੰਬੰਧੀ ਬੋਡੀਜ਼ ਦੇ ਨਾਲ ਵੀ ਦੋ ਜਣੇ ਆ ਰਹੇ ਨੇ, ਇਹਨਾਂ ਦੇ ਕਜ਼ਨ ਆ ਰਹੇ ਨਾਲ। ਅਤੇ ਕਿੰਨੀ ਦੇਰ ਤੱਕ ਉੱਥੇ ਉਹ ਗਏ ਸੀ? ਇਹ ਅਪ੍ਰੈਲ 'ਚ ਇੱਥੋਂ ਵਿਆਹ ਕਰਾ ਕੇ ਗਿਆ ਸੀਗਾ। ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਦੁਖੀ ਭੈਣ ਭਰਾ ਦੇ ਸੱਚੇ ਹਮਦਰਦ ਬਾਬਾ ਅਫਜ਼ਲ ਖਾਨ 9889484580। ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਬੁਰੇ ਸੁਪਨੇ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ। ਇਟਸ ਮਾਈ ਪ੍ਰੋਮਿਸ। ਬਾਬਾ ਅਫਜ਼ਲ ਖਾਨ 9889484580।